ਹੈਲੋ ਜੀ, ਸਤਿ ਸ਼੍ਰੀ ਅਕਾਲ। ਇੰਦਰ ਕਲੈਕਸ਼ਨ 'ਤੇ ਤੁਹਾਡਾ ਸਵਾਗਤ ਹੈ ਜੀ। ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਜੀ। ਅੱਜ ਦੀ ਕਲੈਕਸ਼ਨ ਦੇ ਵਿੱਚ ਆਪਾਂ ਲੈ ਕੇ ਆਏ ਜੀ ਤੁਹਾਡੇ ਲਈ ਸੂਟਸ, ਜਿਹੜੇ ਕਿ ਆਪਾਂ ਖਾਦੀ ਸਿਲਕ ਦੇ ਉੱਪਰ ਰੈਡੀ ਕੀਤੇ ਹਾਂ। ਤੁਸੀਂ ਦੇਖ ਸਕਦੇ ਹੋ ਜੀ, ਇਹ ਦੇਖੋ ਬਹੁਤ ਹੀ ਸੋਹਣਾ ਖਾਦੀ ਸਿਲਕ ਦਾ ਆਪਾਂ ਨੇ ਮੈਚਿੰਗ ਸੂਟ ਬਣਾਇਆ ਹੈਗਾ ਜੀ ਵਿਦ ਦੁਪੱਟਾ। ਇਹ ਸਾਰਾ ਜਿਹੜਾ ਕੰਮ ਹੈਗਾ ਜੀ ਤੁਸੀਂ ਦੇਖ ਸਕਦੇ ਹੋ, ਦਬਕਾ ਅਤੇ ਪਲੱਸ ਸਾਰਾ ਹੈਂਡ ਵਰਕ ਹੈ ਜੀ। ਬੀਡਸ ਲੱਗੇ ਹੋਏ ਹੈ ਜੀ, ਦਬਕਾ ਹੈਗਾ, ਦਬਕਾ ਵੀ ਟੂ ਸ਼ੇਡ ਦਾ ਹੈਗਾ ਜੀ, ਅਤੇ ਇੱਕ ਆਪਣਾ ਤਾਂਬੇ ਕਲਰ ਜੀ, ਇੱਕ ਗੋਲਡਨ ਕਲਰ ਦੇ ਵਿੱਚ ਥਰੈਡ ਯੂਜ਼ ਕੀਤਾ, ਨੋਟਸ ਨੇ ਜੀ ਵਿੱਚ, ਬਹੁਤ ਹੀ ਸੋਹਣਾ ਕੰਮ ਹੋਇਆ ਹੋਇਆ। ਦੈਨ ਇਹਦੀ ਬੋਟਮ 'ਤੇ ਵੀ ਆਪਾਂ ਨੇ ਥੋੜ੍ਹਾ ਜਿਹਾ ਟੱਚ ਦਿੱਤਾ ਹੈਗਾ ਜੀ, ਤੁਸੀਂ ਦੇਖ ਸਕਦੇ ਹੋ। ਇਹਦੇ ਵਿੱਚ ਆਪਾਂ ਨੇ ਹਾਈਲਾਈਟ ਕਰਨ ਵਾਸਤੇ ਇਹਨੂੰ ਨੀਚੇ ਜਿਹੜੀ ਹੈਗੀ ਹੈ ਸ਼ਰਟ ਦੀ ਫਿਨਿਸ਼ਿੰਗ ਦਿੱਤੀ ਹੈ ਜੀ। ਅਤੇ ਦੁਪੱਟਾ ਇਹਦਾ ਇਹ ਵਾਲਾ ਜੀ, ਇਹ ਭੈਣ ਉਹਨਾਂ ਨੇ ਪਹਿਲਾਂ ਆਪਾਂ ਦੁਪੱਟੇ ਪਾਏ ਸੀ ਜੀ ਵੀਡੀਓ ਦੇ ਵਿੱਚ, ਇਹ ਦੁਪੱਟੇ ਉਹਨਾਂ ਨੇ ਸਾਡੇ ਕੋਲੋਂ ਬਾਏ ਕਰਕੇ ਇੱਦਾਂ ਕਰਕੇ ਉਹਨਾਂ ਨੂੰ ਆਪਾਂ ਨੇ ਕੰਟਰਾਸਟ ਸੂਟ ਜਿਹੜਾ ਹੈਗਾ ਰੈਡੀ ਕਰਕੇ ਦਿੱਤਾ ਜੀ। ਇੱਥੇ ਆਪਾਂ ਨੇ ਲਟਕਣ ਲਾਏ ਹਾਂ ਜੀ, ਕਿਉਂਕਿ ਪਾਰਟੀ ਵੀਅਰ ਸੂਟ ਬਣ ਜਾਂਦਾ ਜੀ। ਅਤੇ ਇਹ ਬਹੁਤ ਹੀ ਪਿਆਰਾ ਸੂਟ ਹੈ ਜੀ। ਇਸੀ ਸਟੱਪ ਦੇ ਵਿੱਚ ਆਪਾਂ ਨੇ ਕੱਪੜਾ ਲਿਆ ਤਾਂ ਕਿ ਜਿਹੜਾ ਸੂਟ ਹੈਗਾ ਇਸੀ ਸਟੱਪ ਦੇ ਵਿੱਚ ਰੈਡੀ ਹੋ ਗਿਆ ਹੋਇਆ ਜੀ। ਦੈਨ ਇਹਦਾ ਸੈਕਿੰਡ ਜਿਹੜਾ ਕਲਰ ਹੈਗਾ ਆਪਾਂ ਨੇ ਇਹ ਕਲਰ ਤਿਆਰ ਕੀਤਾ ਜੀ। ਇਹ ਵੀ ਬਹੁਤ ਸੋਹਣਾ ਬਣਿਆ ਹੋਇਆ। ਇਹ ਵੀ ਸਲੀਵਲੈੱਸ ਹੈਗਾ ਜੀ, ਸਾਰੇ ਸਲੀਵਲੈੱਸ ਹੀ ਸੂਟ ਹੈਗੇ ਇਹਨਾਂ ਦੇ ਜੀ। ਅਤੇ ਇਹ ਦੇਖ ਸਕਦੇ ਹੋ ਤੁਸੀਂ, ਆਪਾਂ ਨੇ ਗੋਟਾ ਪੱਤੀ, ਦਬਕਾ ਅਤੇ ਪਰਲਸ ਦਾ ਕੰਮ ਕੀਤਾ ਹੈਗਾ ਜੀ, ਬਹੁਤ ਹੀ ਸੋਹਣਾ ਕੀਤਾ ਹੋਇਆ। ਇਹ ਸਲੀਵਲੈੱਸ ਕਰਕੇ ਆਪਾਂ ਨੇ ਇਹਨਾਂ ਦੀਆਂ ਸਲੀਵਸ ਜਿਹੜੀਆਂ ਨੇ ਜੀ ਰੈਡੀ ਕਰਵਾਤੀਆਂ ਹੋਈਆਂ ਸੀਗੀਆਂ। ਇਹ ਬਸ ਜਦੋਂ ਮਰਜ਼ੀ ਉਹ ਆਪਣੀ ਇੱਛਾ ਮੁਤਾਬਕ ਲਾ ਸਕਦੇ ਆ ਜੀ। ਅਤੇ ਇਹਦੇ ਵਿੱਚ ਆਪਾਂ ਨੇ ਸਲਵਾਰ ਜਿਹੜੀ ਪਟਿਆਲਾ ਤਿਆਰ ਕੀਤੀ ਹੈ ਜੀ, ਇਹ ਪਟਿਆਲਾ ਸਲਵਾਰ ਤਿਆਰ ਕੀਤੀ ਇਹਦੇ ਨਾਲ ਜੀ। ਅਤੇ ਇਹਦੇ ਨਾਲ ਆਪਾਂ ਨੇ ਦੁਪੱਟਾ ਵੀ ਜਿਹੜਾ ਹੈਗਾ ਬਹੁਤ ਸੋਹਣਾ ਤਿਆਰ ਕੀਤਾ ਹੈਗਾ ਜੀ। ਵੀ ਇਹਦੇ ਨਾਲ ਆਪਾਂ ਨੇ ਲਟਕਣ ਦਿੱਤੇ ਹੈਗੇ ਹਾਂ, ਅਤੇ ਦੁਪੱਟਾ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਹੋ। ਆਪਾਂ ਦੁਪੱਟੇ ਵਿੱਚ ਵੀ ਕਲਰ ਲੈ ਕੇ ਇਹਨਾਂ ਨੂੰ ਸੂਟ ਨੂੰ ਰੈਡੀ ਕੀਤਾ ਜੀ। ਜਿਹੜਾ ਆਹ ਕਲਰ ਹੈਗਾ ਸੇਮ ਇਹਦੇ ਨਾਲ ਇਹ ਆਪਾਂ ਨੇ ਦੁਪੱਟਾ ਰੈਡੀ ਕਰਤਾ ਜੀ। ਅਤੇ ਫਿਨਿਸ਼ਿੰਗ ਆਪਾਂ ਨੇ ਇਹਨੂੰ ਇੱਦਾਂ ਦੀ ਗੋਲਡਨ ਦਿੱਤੀ ਹੈਗੀ ਹੈ ਜੀ ਸਾਰੀ। ਅਤੇ ਬਹੁਤ ਹੀ ਪਿਆਰਾ ਸੂਟ ਬਣਿਆ ਹੋਇਆ ਜੀ ਇਹ। ਇਹ ਆਪਣੇ ਕੋਲ ਦੁਪੱਟੇ ਆਏ ਸੀ ਜੀ, ਜਿਹੜੇ ਕਿ ਇਹਨਾਂ ਨੇ ਸਾਡੇ ਤੋਂ ਬਾਏ ਕੀਤੇ ਸੀ, ਅਤੇ ਆਪਾਂ ਇਹਨਾਂ ਨੂੰ ਹੁਣ ਸੂਟਸ ਵੀ ਜਿਹੜੇ ਰੈਡੀ ਕਰਕੇ ਭੇਜ ਰਹੇ ਹਾਂ ਜੀ। ਹਾਂਜੀ, ਇਹ ਸੀ ਜੀ ਮੇਰੀ ਅੱਜ ਦੀ ਕਲੈਕਸ਼ਨ, ਜਿਸ ਦੇ ਵਿੱਚ ਮੈਂ ਤੁਹਾਨੂੰ ਦੋ ਸੂਟ ਰੈਡੀ ਕੀਤੇ ਹੋਏ ਦਿਖਾਏ ਹਾਂ ਜੀ। ਉਮੀਦ ਕਰਦੀ ਤੁਹਾਨੂੰ ਮੇਰੀ ਕਲੈਕਸ਼ਨ ਪਸੰਦ ਆਈ ਹੋਏਗੀ ਜੀ। ਵੀਡੀਓ ਨੂੰ ਸ਼ੇਅਰ ਕਰਿਆ ਕਰੋ, ਸਬਸਕ੍ਰਾਈਬ ਕਰਿਆ ਕਰੋ, ਅਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ ਮੇਰੀ ਕਲੈਕਸ਼ਨ ਤੁਹਾਨੂੰ ਕਿਵੇਂ ਦੀ ਲੱਗੀ। ਸਤਿ ਸ਼੍ਰੀ ਅਕਾਲ ਜੀ।